ਸਾਡੀ ਹੁੰਦੀ ਰਹੀ ਹੈ ਮੈਸੇਜ ਵਗੈਰਾ ਕਨਵੇ ਹੁੰਦੇ ਰਹੇ ਨੇ ਤੇ ਅਸੀਂ ਕੱਲ ਤੋਂ ਇਨ ਟੱਚ ਹਾਂ ਸਾਰੇ ਆਪਸ ਦੇ ਵਿੱਚ ਜਿੰਨੇ ਅਸੀਂ ਸਿੱਧੂ ਸਾਹਿਬ ਦੇ ਸਪੋਰਟਰ ਕਹਿ ਲਓ ਜਾਂ ਫੈਨ ਕਹਿ ਲਓ ਠੀਕ ਹੈ ਨਾ ਜਾਂ ਦੋਸਤ ਮਿੱਤਰ ਕਹਿ ਲਓ ਅਸੀਂ ਸਾਰੇ ਕੱਲ ਦੇ ਹੀ ਸਿੱਧੂ ਸਾਹਿਬ ਨਾਲ ਇਨ ਟੱਚ ਹਾਂ ਤੇ ਸਿੱਧੂ ਸਾਹਿਬ ਨਾਲ ਜੋ ਹੋਇਆ ਹੈ ਸਾਨੂੰ ਬੜਾ ਅਫਸੋਸ ਹੈ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕੋਈ ਇਸ ਤਰ੍ਹਾਂ ਦਾ ਕੇਸ ਨਹੀਂ ਕੋਈ ਰੇਅਰੈਸਟ ਆਫ ਦੀ ਰੇਅਰ ਕੇਸ ਹੈ ਇਟ ਵਾਜ਼ ਸਪੌਂਟੇਨੀਅਸ ਰਿਐਕਸ਼ਨ ਰੋਡ ਰੇਸ ਹੋ ਜਾਂਦੀ ਹੈ ਆਪਾਂ ਖੜ੍ਹੇ ਹਾਂ ਕੋਈ ਬੰਦਾ ਆਉਂਦਾ ਹੈ ਵਿੱਚ ਲੱਗ ਜਾਂਦਾ ਜਾਂ ਕੋਈ ਹੋਰ ਹੈ ਇਹ 'ਚ ਕੋਈ ਸਿੱਧੂ ਸਾਹਿਬ ਦੀ ਮੈਲਾਫਾਈਡ ਇੰਟੈਂਸ਼ਨ ਕਿਤੇ ਵੀ ਪ੍ਰੂਵ ਨਹੀਂ ਹੋਈ ਮਾਨਸੇ ਸਾਹਿਬ ਮਾਫ ਕਰਨਾ ਤੁਹਾਡੀ ਗੱਲ ਵਿੱਚ ਹੈ ਇੱਕ ਸ਼ਖਸ ਦੀ ਜਾਨ ਚਲੀ ਗਈ ਜਿਹੜੇ ਕਿ ਤੁਸੀਂ ਐਵੇਂ ਜੇ ਮੰਨ ਰਹੇ ਹੋ ਨਹੀਂ ਐਵੇਂ ਨਹੀਂ ਮੰਨਦੇ ਛੋਟਾ ਜਿਹਾ ਕੇਸ ਅਸੀਂ ਐਵੇਂ ਨਹੀਂ ਮੰਨਦੇ ਵਿੱਚ ਇੱਕ ਸ਼ਖਸ ਦੀ ਜਾਨ ਚਲੀ ਗਈ ਹੈ ਪਰ ਸਿੱਧੂ ਸਾਹਿਬ ਨੂੰ ਸਜ਼ਾ 1 ਸਾਲ ਦੀ ਹੋਈ ਹੈ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਹਾਂ ਵੀ ਜਿਹੜਾ ਉਹਨਾਂ ਦੀ ਅਦਰਵਾਈਜ਼ ਜਾਨ ਤਾਂ ਗਈ ਹੈ ਪਰ ਸਿੱਧੂ ਸਾਹਿਬ ਦੀ ਕੋਈ ਮੈਲਾਫਾਈਡ ਇੰਟੈਂਸ਼ਨ ਨਹੀਂ ਸੀ ਇਟ ਵਾਸ ਸਪੌਂਟੇਨੀਅਸ ਰਿਐਕਸ਼ਨ ਇਹਨੇ ਰੋਡ ਰੇਸ ਕੇਸ ਦੀ ਫਾਰਮੂਲਾ ਤਾਂ ਉਮਰ ਕੈਦ ਹੁੰਦੀ ਹੈ ਤੇ ਇਹ ਤਾਂ 1 ਸਾਲ ਦੀ ਹੋਈ ਹੈ ਇਹ ਮੰਨ ਰਹੇ ਹੋ ਤਾਂ ਸ਼ਾਇਦ ਅਸੀਂ ਅਸੀਂ ਕੋਰਟ ਦੇ ਜੋ ਵਰਡਿਕਟ ਹੈ ਉਹਦਾ ਕੋਈ ਉਹਦੇ ਕਿੰਤੂ ਪਰੰਤੂ ਨਹੀਂ ਕਰਦੇ ਜੋ ਮਾਨਯੋਗ ਅਦਾਲਤ ਨੇ ਫੈਸਲਾ ਕੀਤਾ ਹੈ ਅਸੀਂ ਸਿਰ ਮੱਥੇ ਮੰਨਦੇ ਹਾਂ ਉਹ ਭੁਗਤਾਂਗੇ ਵੀ ਸਾਰਾ ਕੁਝ ਕਰਾਂਗੇ ਰਾਜਾ ਬੜਿੰਗ ਨੇ ਮੀਡੀਆ ਦੇ ਜ਼ਰੀਏ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਰਾਜਾ ਬੜਿੰਗ ਦਾ ਬਿਆਨ ਵੀ ਆਇਆ ਰਾਜਾ ਬੜਿੰਗ ਦੇ ਆਪਦੇ ਕਮੈਂਟਸ ਹੋ ਸਕਦੇ ਨੇ ਇੱਥੇ ਆਣਾ ਚਾਹੀਦਾ ਸੀ ਦੁਖਤ ਕ੍ਰਿਕਟ ਦੇ ਵਿੱਚ ਪ੍ਰਧਾਨ ਜੀ ਨੂੰ ਕਿਉਂਕਿ ਸਾਬਕਾ ਪ੍ਰਧਾਨ ਨੇ ਦੁਖਤੀ ਘੜੀ 'ਚ ਆਣਾ ਚਾਹੀਦਾ ਦੇਖੋ ਇਸ ਤਰ੍ਹਾਂ ਹੈਗਾ ਵੀ ਜਦੋਂ ਵੀ ਕੋਈ ਕਿਸੇ ਦੋਸਤ ਮਿੱਤਰ ਨਾਲ ਸਹਿਯੋਗੀ ਨਾਲ ਕੋਈ ਮਾੜਾ ਕੰਮ ਹੁੰਦਾ ਹੈ ਉਹ 'ਚ ਚਾਹੇ ਇਨਵੋਲਵਮੈਂਟ ਉਹਦੀ ਕਿਸੇ ਐਂਗਲ ਤੋਂ ਹੋਵੇ ਪਰ ਸਾਡਾ ਸਮਾਜਿਕ ਇੱਕ ਫਰਜ਼ ਹੈ ਅਸੀਂ ਆਪਦੇ ਕੁਲੀਗ ਨਾਲ ਖੜਦੇ ਆ ਉਸ ਪੱਖੋਂ ਮੈਂ ਆਇਆ ਰਾਜਾ ਬੜਿੰਗ ਜੀ ਕਿਉਂ ਨਹੀਂ ਆਏ ਜਾਂ ਕੋਈ ਹੋਰ ਹੈ ਉਹਨਾਂ ਦੀ ਆਪਣੇ ਕਮੈਂਟ ਖੜੀ ਹੈ ਕਾਂਗਰਸ ਪਾਰਟੀ ਖੜੀ ਹੈ ਨਾਲ ਇਹ ਕਮੈਂਟ ਕਰਨਾ ਪ੍ਰਧਾਨ ਦਾ ਜਾਂ ਸੀਨੀਅਰ ਲੀਡਰਸ ਦਾ ਫਰਜ਼ ਹੁੰਦਾ ਹੈ ਇਹ ਪ੍ਰੈਰੋਗੇਟਿਵ ਨਾਜ਼ਰ ਸਿੰਘ ਦਾ ਨਹੀਂ ਹੈ ਪੋਲੀਟੀਸ਼ੀਅਨ ਹੈ ਮਾਨਸਾਹਿਆ ਸਾਹਿਬ ਸਾਹਮਣੇ ਆਏ ਨੇ ਕਿ ਆਪ ਲੋਗੋ ਕੇ ਸਾਥ ਖੜੇ ਹੋਗੇ ਜਾਂ ਫਿਰ ਕਨਵਿਕਟ ਕੇ ਸਾਥ ਖੜੇ ਹੋਗੇ ਆਪ ਪੋਲੀਟੀਸ਼ੀਅਨ ਹੈ ਲੋਗ ਆਪਕੋ ਚੁਣ ਕੇ ਭੇਜਤੇ ਹੈ ਆਪ ਵੀ ਰਹੇ ਹੈ ਐਮਐਲਏ ਤੋ ਆਪ ਲੋਗੋ ਕੇ ਸਾਥ ਖੜੇ ਹੋਗੇ ਜਾਂ ਇੱਕ ਕਨਵਿਕਟ ਕੇ ਸਾਥ ਖੜੇ ਹੋਗੇ ਜੈਸੇ ਕਿ ਆਪਨੇ ਅਭੀ ਕਹਾ ਕਿ ਇੱਕ ਬੁਰਾ ਸਮਾਂ ਹੈ बुरा वक्त उनके पास आया बुरा घटना उनके साथ हुई है तो ये कहां से बुरी घटना हो गई आप मुझे बताएं इस समय सुप्रीम कोर्ट जो है इस समय सुप्रीम कोर्ट लोगों के साथ खड़ा है और जिनको लोगों के साथ खड़ा होना चाहिए वो कन्विक्ट के साथ खड़े हैं एक मिनट मेरी बात बताओ आपका कोई फैमिली मेंबर अपने आपका दोस्त कोई भी किसी बुरी घटना में फंस जाए आप फिर उसके तरफ पीट कर लोगे अब मैं तेरे साथ नहीं हूँ नहीं तो क्या हमारा दोस्त है यार हमारा लीडर है हमें उनके साथ खड़ना चाहिए हैं आपके परिवार के आपके परिवार के मेंबर हैं वो हाँ जी आपके परिवार के मेंबर आपके वो लोग नहीं जो आपको चुन के भेजते हैं क्यों किसने चुना मेरे को लोगों ने चुना उस लोगों को ही आप आपके आपके मेरी बात सुन लोगों को नहीं दिया इवेंट नहीं बना रहे हम हमारे दोस्त के पास इवेंट तो आपने बनाया है अब मैं तो उनको मिलने आया हूँ नहीं आप लोग नहीं 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 आपने कल से मेरे को बताओ अगर मैं आपसे इतने साल से मेरी बात आप बात तो सुनते नहीं बात सुनते नहीं है आप तो एक ही बात तो सुनो यार बात भी सुन लो कोई ऐसी बात नहीं है आपका मैं कह रहा हूँ आपका कोई दोस्त है आपका बेटा है भाई है उसके साथ कोई ऐसी बात होती है क्या आप उसके साथ सहानुभूति नहीं जिताते अगर वो गलत करेगा तो हम उसके साथ खड़े नहीं होंगे क्या आप क्यों आप, आप, आप क्यों, क्यों आप अपने अपने परिवार के साथ खड़ते नहीं है नहीं क्यों नहीं खड़े होंगे हम न्याय के साथ खड़े हमारा सभी खड़ते हैं हम सच और न्याय के साथ कोर्ट में हम सच और न्याय कोर्ट में थोड़ी फोन ते गल हुई थी सिरम ते गल हुई सरेंडर हो सकते ने आज फोन ते कोई गल बात हुई ने सरेंडर ओ देखते हैं ऐसी जाके सलाह करते हैं मैं हुण आए हैं पर जेडे परिवार दे नाल ये घटना वापरी सी आप उनसे मिलने मैं उनको जानता नहीं है अगर जरूरत पड़ेगी जाऊंगा और बताओ आप जाएंगे उनके पास चले जाएंगे यार कोई ऐसी बात मेरी बात सुनो किसी के साथ अगर कोई ऐसी घटना हुई है एहसान क्यों यार आप देखो मेरी बात सुनो मेरी बात सुनो मैं एक कमेंट पॉलिटिशियन है मेरी बात तो आप सुनते नहीं आप एक कमेंट कर रहे हैं मैं उसका जवाब दे रहा हूँ नहीं देखिए ये किसी रीजन की बात नहीं है आप पॉलिटिशियन पूरे देश के लिए हैं ठीक है एक रीजन वाले कुछ हो सकता है कि शायद उसको ये सवाल पूछने में प्रॉब्लम हो लेकिन हमको नहीं है क्योंकि हम देश मेरे को जवाब देने में कोई प्रॉब्लम नहीं है अगर आएंगे ना उनके घर आप उनके घर जाएंगे ना देख लेंगे यार कमाल है अभी आप मैं कह सकता हूँ मैं उनका घर नहीं जानता मैं उस आदमी को नहीं जानता मैं कह सकता हूँ अभी मैं कहाँ जाऊंगा कैसे जाऊंगा ठीक है तो आपको लगा नहीं कि जेड़ा काम कांग्रेस नहीं कर सके कोर्ट ने कर देता है नहीं यार कमाल है पार्टियां कभी करती हैं कोर्ट वाला काम कोर्ट नहीं करना नहीं मेरी यार सुनो प्लीज लिसन टू इट जेड़ा काम कोर्ट से चले जाता कोर्ट नहीं करना होता वो लोग लोगों ने थोड़ा जो पार्टियां थोड़ा करना होता है दिस इज रॉन्ग स्टेटमेंट ऑफ यू
ਉਹ ਆਪਣੀ ਆਪਦੀ ਕੋਈ ਹਰੇਕ ਦੀ ਆਪਣੀ ਆਪਣੀ ਦੇਖੋ ਮੇਰੀ ਗੱਲ ਸੁਣੋ ਸੋਚ ਹੁੰਦੀ ਹੈ ਕਿਸੇ ਨਾਲ ਰਿਲੇਸ਼ਨ ਹੁੰਦੇ ਨੇ ਕੋਈ ਕਮੈਂਟ ਹੁੰਦੇ ਨੇ ਬਿਲਕੁਲ ਬਿਲਕੁਲ ਖੜਨਾ ਚਾਹੀਦਾ ਬਿਲਕੁਲ ਕਹਦੇ ਤੇ ਕਿਉਂ ਜਦ ਮੈਂ ਬਿਆਨ ਕਰ ਰਿਹਾ ਹਾਂ ਇਹ ਤਾਂ ਕਰਦਾ ਹਾਂ ਸਾਨੂੰ ਪੁੱਛੋ ਵੀ ਨਾਜਰ ਸਿੰਘ ਤੇ ਤੁਸੀਂ ਐਕਸ਼ਨ ਲਓਗੇ ਜੀ ਉਹ ਐਂ ਬੋਲੇ ਜੀ ਉਹਦੇ ਨਾਲ ਕੋਲੇ ਗਏ ਦਿਸ ਇਜ਼ ਸੁਣ ਤਾਂ ਲਓ ਉਹਨਾਂ ਨੇ ਬਿਆਨ ਦਿੱਤਾ ਕਿ ਸੁਣ ਰਿਹਾ ਯਾਰ ਮੈਂ ਕੋਈ ਐਸੀ ਬਾਤ ਨਹੀਂ ਜੋ ਕੰਮ ਹਾਈ ਕਮਾਂਡ ਨਹੀਂ ਕਰ ਸਕੀ ਯਾਨੀ ਕਿ ਨਵਜੋਤ ਸਿੰਘ ਸਿੱਧੂ ਬਾਹਰ ਨਹੀਂ ਕੱਢਣ ਦਾ ਬਾਹਰ ਦਾ ਕੱਢ ਉਹ ਸੁਪਰੀਮ ਕੋਰਟ ਨੇ ਕਰ ਦਿੱਤਾ ਅੰਦਰ ਵਿੱਚ ਬੰਦ ਕਰ ਦਿੱਤਾ ਇਹ ਬਿਆਨ ਹੈ ਇਹ ਤਾਂ ਮੇਰੀ ਗੱਲ ਸੁਣੋ ਇਹ ਤਾਂ ਵਕਤ ਕਿਸੇ ਤੇ ਕਦੋਂ ਕਿਹੋ ਜਿਹਾ ਆਉਂਦਾ ਕੁਛ ਨਹੀਂ ਪਤਾ ਹੁੰਦਾ ਜੇ ਰੰਧਾਵਾ ਸਾਹਿਬ ਨੇ ਕੁਛ ਕਿਹਾ ਉਹਨਾਂ ਦੀ ਆਪਣੀ ਸੋਚ ਹੋ ਸਕੇ ਉਹਨਾਂ ਦੀ ਆਪਣੀ ਕੋਈ ਹੋ ਸਕਦਾ ਸੋਚ ਰਹੀ ਕਿਸ ਤਰ੍ਹਾਂ ਦੀ ਸੋਚਦੇ ਹੋਣ ਤੇ ਮੈਂ ਉਸ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੇਰੇ ਸੀਨੀਅਰ ਲੀਡਰ ਸੋ ਨਾਜਰ ਸਿੰਘ ਮਾਨਸਾਹੀਆ ਵੱਲੋਂ ਜਿਹੜਾ ਕਿਹਾ ਗਿਆ ਕਿ ਫਿਲਹਾਲ ਮੈਂ ਨਵਜੋਤ ਸਿੰਘ ਸਿੱਧੂ ਨਾਲ ਮਿਲਣ ਵਾਸਤੇ ਆਇਆ ਹਾਂ ਜੋ ਸੁਖਜਿੰਦਰ ਸਿੰਘ ਰੰਧਾਵੇ ਦੇ ਬਿਆਨ ਤੇ ਫਿਲਹਾਲ ਉਹ ਕੋਈ ਵੀ ਟਿੱਪਣੀ ਕਰਦੇ ਹੋਏ ਬਚੇ ਨੇ ਲੇਕਿਨ ਇੰਨਾ ਜ਼ਰੂਰ ਹੈ ਕਿ ਪਰਿਵਾਰਕ ਮੈਂਬਰ ਹੈ ਤੇ ਨਾਲ ਖੜੇ ਹਾਂ ਬਿਲਕੁਲ ਬਲਿੰਦਰ ਵਾਕੇ ਨਾਜਰ ਸਿੰਘ ਮਾਨਸਾਹੀਆ ਨੂੰ ਅਸੀਂ ਸੁਣਿਆ ਤੁਸੀਂ ਲਗਾਤਾਰ ਸਾਡੇ ਨਾਲ ਬਣੇ ਰਹੋ